ਸ਼੍ਰੀ ਅਕਾਲ ਜੀ। ਅੱਜ ਅਸੀਂ ਤੁਹਾਡੇ ਲਈ ਆਪਣਾ ਪੰਜਾਬੀ ਵਿੱਚ ਲਿਖਿਆ ਹੋਇਆ ਆਰਟੀਕਲ ਬਚਪਨ ਦੇ ਸੁਨਹਿਰੀ ਦਿਨ ਲੈ ਕੇ ਆਏ ਹਾਂ, ਜੋ ਕਿ ਇਸ ਪ੍ਰਕਾਰ ਹੈ। ਇਹ ਸੱਚ ਹੈ ਕਿ ਬਚਪਨ ਦੇ ਦਿਨ ਸੁਨਹਿਰੀ ਦਿਨ ਹੁੰਦੇ ਹਨ। ਨਾ ਕੋਈ ਚਿੰਤਾ, ਨਾ ਕੋਈ ਫਿਕਰ ਫਾਕਾ, ਬਸ ਬੇਪਰਵਾਹ ਰਹਿਣਾ, ਪਰੇਸ਼ਾਨੀਆਂ ਰਹਿਤ ਜੀਵਨ ਜੀਣਾ, ਅਤੇ ਖੁੱਲ੍ਹ ਕੇ ਹੱਸਣਾ ਖੇਡਣਾ, ਅਤੇ ਕਦੀ ਸਕੂਲ 'ਤੇ ਮਨ ਨਾ ਲੱਗਣਾ ਅਤੇ ਸਕੂਲੋਂ ਖਿਸਕਣਾ, ਇਹ ਬਚਪਨ ਦੀ ਨਿਸ਼ਾਨੀ ਨਹੀਂ ਤਾਂ ਹੋਰ ਕੀ ਹੈ। ਇਨਸਾਨ ਆਪਣੀ ਬਿਰਧ ਅਵਸਥਾ ਤੱਕ ਆਪਣੀਆਂ ਬਚਪਨ ਦੀਆਂ ਸੁਨਹਿਰੀ ਯਾਦਾਂ ਨੂੰ ਯਾਦ ਕਰਦਾ ਅਤੇ ਹੱਸਦਾ ਰਹਿੰਦਾ ਹੈ, ਅਤੇ ਕਈ ਵਾਰੀ ਮਨ ਵਿੱਚ ਸੋਚਦਾ ਹੈ, ਵਾਹ ਰੱਬਾ, ਬਚਪਨ ਵੀ ਕੀ ਚੀਜ਼ ਹੁੰਦਾ ਹੈ। ਕਾਸ਼ ਮੈਂ ਫਿਰ ਬਚਪਨ ਵਿੱਚ ਖੋ ਜਾਵਾਂ ਅਤੇ ਸੰਸਾਰਿਕ ਕੰਮਾਂ ਕਾਰਾਂ ਦੁੱਖ ਤਕਲੀਫਾਂ ਤੋਂ ਪਲ ਵਿੱਚ ਛੁਟਕਾਰਾ ਪਾ ਲਵਾਂ। ਪਰ ਇਹ ਸਿਰਫ ਸੋਚਾਂ ਯਾਦਾਂ ਵਿੱਚ ਹੀ ਹੋ ਸਕਦਾ ਹੈ, ਪਰ ਹਕੀਕਤ ਵਿੱਚ ਨਹੀਂ। ਇਹ ਬਚਪਨ ਦੀ ਲਗਨ ਇੰਨੀ ਹੁੰਦੀ ਹੈ ਕਿ ਜਿਸ ਪਾਸੇ ਲਾਇਆ ਜਾਵੇ ਉਸ ਪਾਸੇ ਜ਼ਰੂਰ ਸਫਲਤਾ ਹਾਸਲ ਹੁੰਦੀ ਹੈ, ਕਿਉਂਕਿ ਬਚਪਨ ਵਿੱਚ ਬਹੁਤ ਜ਼ਿਆਦਾ ਲਗਨ ਹੁੰਦੀ ਹੈ ਬਾਕੀ ਉਮਰਾਂ ਦੇ ਮੁਕਾਬਲੇ ਨਾਲੋਂ। ਬਚਪਨ ਵਿੱਚ ਮਿੱਟੀ ਦੇ ਭਾਂਡੇ ਬਣਾਉਣਾ, ਬਾਂਟੇ ਖੇਡਣਾ, ਮੈਚ ਖੇਡਣਾ, ਗੁੱਲੀ ਡੰਡਾ ਆਦਿ ਹੋਰ ਕਈ ਖੇਡਾਂ ਰਾਹੀਂ ਬਚਪਨ ਦਾ ਸਫ਼ਰ ਜਵਾਨੀ ਵੱਲ ਵੱਧਦਾ ਜਾਂਦਾ ਹੈ। ਉਮਰ ਦੇ ਨਾਲ ਨਾਲ ਬੋਲਚਾਲ ਵਿੱਚ ਵੀ ਕਾਫ਼ੀ ਸੁਧਾਰ ਆਉਂਦਾ ਜਾਂਦਾ ਹੈ, ਪਰ ਬਚਪਨ ਇੱਕ ਅਣਮੁੱਲੀ ਦਿਨ ਹੈ। ਇਸ ਵਿੱਚ ਕੋਈ ਦੁਸ਼ਮਣੀ, ਵੈਰ ਵਿਰੋਧ, ਈਰਖਾ ਨਹੀਂ ਹੈ, ਨਾ ਹੀ ਕੋਈ ਧੋਖਾ ਦੂਜਿਆਂ ਪ੍ਰਤੀ। ਇਹ ਸੱਚਾਈ ਦਾ ਦੂਜਾ ਰੂਪ ਹੀ ਬਚਪਨ ਹੈ, ਜਿਸ ਵਿੱਚ ਚੰਗੇ ਬੁਰੇ ਦੀ ਕੋਈ ਪਛਾਣ ਨਾ ਹੁੰਦੀ। ਬਚਪਨ ਵਿੱਚ ਮਾਰ ਮਾਰ ਛੜੱਪੇ, ਧੂੜ ਪੱਟਣੀ ਅਤੇ ਕਦੀ ਅੰਦਰ ਅਤੇ ਕਦੀ ਘਰ ਦੇ ਬਾਹਰ ਦੌੜੇ ਰਹਿਣਾ, ਘੁੰਮ ਫਿਰ ਕੇ ਮਨ ਪਰਚਾਉਣਾ। ਦੋਸਤੋ, ਬਚਪਨ ਇੱਕ ਅਜਿਹੀ ਮੌਜ ਹਜ਼ਾਰਾ ਫਿਰ ਕਿਤੇ ਨਹੀਂ ਨਸੀਬ ਹੁੰਦੀ। ਇੱਕ ਵਾਰ ਲੰਘ ਜਾਣ 'ਤੇ ਬਚਪਨ ਬਸ ਇੱਕ ਤਸਵੀਰ ਬਣ ਕੇ ਰਹਿ ਜਾਂਦਾ ਹੈ, ਜੋ 24 ਘੰਟੇ ਸੋਚਾਂ ਦੇ ਵਿੱਚ ਜਾਂ ਖਾਬਾਂ ਦੇ ਵਿੱਚ ਮਹਿਫੂਜ਼ ਰਹਿੰਦਾ ਹੈ। ਉਹ ਬਚਪਨ ਬਾਰੇ ਜਦ ਵੀ ਹੌਲੀ ਹੌਲੀ ਇੱਕ ਤਸਵੀਰ ਸਾਹਮਣੇ ਆਉਂਦੀ ਰਹਿੰਦੀ ਹੈ। ਕਿੰਨਾ ਪਿਆਰਾ, ਸਭ ਤੋਂ ਨਿਆਰਾ ਜ਼ਿੰਦਗੀ ਦੇ ਉਹ ਪਲ, ਜਿੰਦੜੀ ਸੋਚ ਸੋਚ ਹੈ ਹੱਸਦੀ ਰਹਿੰਦੀ। ਇਹ ਬਚਪਨ ਅਜਿਹੀ ਡੋਰ ਹੈ ਜੋ ਹੱਥੋਂ ਇੱਕ ਵਾਰ ਛੁੱਟ ਜਾਵੇ ਤਾਂ ਦੁਬਾਰਾ ਵਾਪਸ ਨਹੀਂ ਆਉਂਦੀ। ਇਵੇਂ ਹੀ ਸਾਡਾ ਬਚਪਨ ਹੈ ਸਾਥੀਓ, ਇੱਕ ਵਾਰ ਲੰਘ ਜਾਣ 'ਤੇ ਦੁਬਾਰਾ ਵਾਪਸ ਨਹੀਂ ਆਉਂਦਾ, ਬਸ ਯਾਦਾਂ ਹੀ ਰਹਿ ਜਾਂਦੀਆਂ ਹਨ। ਅੱਛਾ ਜੀ, ਧੰਨਵਾਦ।